ਜਬੂਰ 91 ਅਤ ਮਹਾਨ ਦੀ ਓਟ। ਜਿਹੜਾ ਅਤ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ਰ ਜਿਸ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। ਉਹ ਤਾਂ ਤੈਨੂੰ ਫਾਂਦੀ ਦੀ ਫਾਹੀ ਵਿੱਚੋਂ ਅਤੇ ਘਾਤਕ ਮੜੀ ਤੋਂ ਛੁਟਕਾਰਾ ਦੇਵੇਗਾ। ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਅਤੇ ਉਹਦੇ ਪਰਾਂ ਹੇਠਾਂ ਤੂੰ ਪਨਾਹ ਲਵੇਗਾ। ਉਸਦੀ ਸੱਚਾਈ ਇੱਕ ਢਾਲ ਅਤੇ ਫੜੀ ਹੈ, ਤੂੰ ਰਾਤ ਦੇ ਪੈਂਜਲ ਤੋਂ ਨਾ ਡਰੇਗਾ, ਨਾ ਦਿੰਦੇ ਉੱਡਦੇ ਬਾਣ ਤੋਂ, ਨਾ ਉਸ ਮੜੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ। ਤੇਰੇ ਮੁੱਢ 1000 ਅਤੇ ਤੇਰੇ ਸੱਜੇ ਹੱਥ 10000 ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਗਾ। ਹੇ ਯਹੋਵਾ, ਤੂੰ ਤਾਂ ਮੇਰੀ ਪਨਾਹਗਾਹ ਹੈ ਅਤੇ ਅਤ ਮਹਾਨ ਨੂੰ ਆਪਣੇ ਉਸੇ ਵਿੱਚ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਅੱਪੜੇਗੀ। ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਭਈ ਉਹ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਕਸ਼ਾ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਤੂੰ ਸਿੰਹ ਅਤੇ ਸੱਪ ਨੂੰ ਮਿਰਜੇਗਾ, ਤੂੰ ਜਵਾਨ ਸਿੰਹ ਅਤੇ ਨਾਗ ਨੂੰ ਲਤਾੜੇਗਾ। ਉਸਨੇ ਤਾਂ ਮੇਰੇ ਨਾਲ ਪ੍ਰੀਤ ਲਗਾਈ ਹੈ, ਸੋ ਮੈਂ ਉਸਨੂੰ ਛਡਾਵਾਂਗਾ, ਮੈਂ ਉਸਨੂੰ ਉੱਚਾ ਕਰਾਂਗਾ। ਉਸਨੇ ਮੇਰਾ ਨਾਮ ਜਜਾਤਾ ਹੈ, ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਉੱਤਰ ਦਿਆਂਗਾ। ਦੁੱਖ ਵਿੱਚ ਮੈਂ ਉਸਦੇ ਅੰਗ ਸੰਗ ਹੋਵਾਂਗਾ, ਮੈਂ ਉਸਨੂੰ ਛਡਾਵਾਂਗਾ ਅਤੇ ਉਸਨੂੰ ਆਦਰ ਦਿਆਂਗਾ। ਆਰਜ਼ਾਂ ਦੇ ਵਾਧੇ ਨਾਲ ਮੈਂ ਉਸਦੀ ਨਿਸ਼ਾ ਕਰਾਂਗਾ ਅਤੇ ਉਸਨੂੰ ਆਪਣੀ ਮੁਕਤੀ ਵਿਖਾਵਾਂਗਾ।